ਚਲਦੀ ਟ੍ਰੇਨ ਤੋਂ ਇੰਜਣ ਵੱਖ ਹੋ ਗਿਆ ਹੈ। ਦੱਸ ਦਈਏ ਕਿ ਯਾਤਰੀਆਂ ਦੇ ਵਿੱਚ ਹਾਹਾਕਾਰ ਮੱਚ ਗਈ ਹੈ ਤੇ ਕਰੀਬ 4 ਕਿਲੋਮੀਟਰ ਤੱਕ ਇੰਜਣ ਜੋ ਹੈ ਟ੍ਰੇਨ ਨਾਲੋਂ ਵੱਖ ਹੋ ਕੇ ਅੱਗੇ ਦੌੜ ਗਿਆ। ਹਾਲਾਂਕਿ ਜਿਵੇਂ ਹੀ ਟਰੈਕਮੈਨ ਦੇ ਵੱਲੋਂ ਸ਼ੋਰ ਮਚਾਇਆ ਗਿਆ ਤਾਂ ਇੰਜਣ ਜੋ ਹੈ ਉਹ ਰੁਕਦਾ ਹੈ, ਡਰਾਈਵਰ ਦੇ ਵੱਲੋਂ ਇੰਜਣ ਨੂੰ ਰੋਕਿਆ ਜਾਂਦਾ ਹੈ ਤੇ ਵਾਪਸ ਆ ਕੇ ਟ੍ਰੇਨ ਦੇ ਨਾਲ ਜੋੜਿਆ ਜਾਂਦਾ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਵੱਡਾ ਹਾਦਸਾ ਹੋਣ ਤੋਂ ਬਚਾ ਰਿਹਾ ਕਿਉਂਕਿ ਖੰਨਾ ਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਚੱਲਦੀ ਰੇਲ ਗੱਡੀ ਦਾ ਇੰਜਣ ਡੱਬਿਆਂ ਦੇ ਨਾਲੋਂ ਵੱਖ ਹੋ ਗਿਆ। ਯਾਤਰੀ ਇਸ ਦੇ ਵਿੱਚ ਹਜ਼ਾਰਾਂ ਦੀ ਤਾਦਾਦ 'ਚ ਸਵਾਰ ਸੀ, ਜਿਸ ਦੇ ਕਾਰਨ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਤਾਂ ਦੱਸ ਦਈਏ ਕਿ ਚੱਲਦੀ ਟ੍ਰੇਨ ਦਾ ਇੰਜਣ ਵੱਖ ਹੁੰਦਾ ਹੈ ਅਤੇ 4 ਕਿਲੋਮੀਟਰ ਤੱਕ ਅੱਗੇ ਲੰਘ ਜਾਂਦਾ ਹੈ। ਤਾਂ ਅਰਚਨਾ ਐਕਸਪ੍ਰੈਸ ਜੋ ਕਿ ਪਟਨਾ ਤੋਂ ਜੰਮੂ ਦੇ ਲਈ ਰਵਾਨਾ ਹੋਈ ਸੀ, ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਸ਼ੰਭੂ ਦੇ ਉੱਤੇ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸਦੇ ਕਾਰਨ ਇਸਦੇ ਰੂਟ ਨੂੰ ਡਾਇਵਰਟ ਕੀਤਾ ਗਿਆ ਵਾਇਆ ਚੰਡੀਗੜ੍ਹ ਹੋ ਕੇ ਨਿਊ ਮਰਿੰਡਾ, ਉਸ ਤੋਂ ਬਾਅਦ ਬੱਸੀ ਪਠਾਣਾ ਤੋਂ ਬਾਅਦ ਸਰਹੰਦ। ਜਦ ਇਹ ਟ੍ਰੇਨ ਪਹੁੰਚਦੀ ਹੈ ਤਾਂ ਉੱਥੇ ਜਾ ਕੇ ਇਸਦਾ ਇੰਜਣ ਅੱਗੇ ਤੋਂ ਪਿੱਛੇ ਲਾਇਆ ਜਾਂਦਾ। ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਜਦੋਂ ਰਵਾਨਾ ਕੀਤੀ ਗਈ ਤਾਂ ਖੰਨੇ ਦੇ ਕੋਲ ਜਾ ਕੇ ਕਿਹਾ ਜਾ ਰਿਹਾ ਕਿ ਇਸਦਾ ਇੰਜਣ ਡੱਬਿਆਂ ਦੇ ਨਾਲੋਂ ਵੱਖ ਹੋ ਗਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਜੋ ਕੀ ਮੈਨ ਸੀ ਉਸਦੇ ਵੱਲੋਂ ਇਸਦਾ ਸ਼ੋਰ ਮਚਾਇਆ ਜਾਂਦਾ ਹੈ ਅਤੇ ਡਰਾਈਵਰ ਨੂੰ ਅਲਰਟ ਕੀਤਾ ਜਾਂਦਾ ਇੰਜਨ ਦੇ, ਅਤੇ ਉਸ ਤੋਂ ਬਾਅਦ ਦੇ ਵਿੱਚ ਟ੍ਰੇਨ ਜੋ ਹੈ ਉਹ ਰੁਕਦੀ ਹੈ ਅਤੇ ਡੱਬੇ ਨਾਲ ਜੋੜ ਕੇ ਰਵਾਨਾ ਹੁੰਦੀ ਹੈ। ਤਾਂ ਦੱਸ ਦਈਏ ਕਿ ਇੰਜਨ 4 ਕਿਲੋਮੀਟਰ ਤੱਕ ਇਕੱਲਾ ਹੀ ਅੱਗੇ ਦੌੜਦਾ ਗਿਆ ਅਤੇ ਡੱਬੇ ਖੰਨੇ ਸਟੇਸ਼ਨ ਦੇ ਕੋਲ ਹੀ ਪਿੱਛੇ ਰੁਕ ਜਾਂਦੇ ਨੇ। ਤਾਂ ਜਿਵੇਂ ਹੀ ਖੰਨੇ ਦਾ ਸਟੇਸ਼ਨ ਇਹ ਪਾਰ ਹੁੰਦਾ ਹੈ ਉੱਥੇ ਜਾ ਕੇ ਕਿਹਾ ਜਾ ਰਿਹਾ ਕਿ ਇਸਦਾ ਇੰਜਨ ਖੁੱਲ੍ਹ ਜਾਂਦਾ ਹੈ। ਇੰਜਨ ਖੁੱਲ੍ਹਣ ਤੋਂ ਬਾਅਦ ਜਿਵੇਂ ਅੱਗੇ ਜਾਂਦਾ ਤਾਂ ਯਾਤਰੀਆਂ ਦੇ ਵਿੱਚ ਹਾਹਾਕਾਰ ਮੱਚ ਜਾਂਦੀ ਹੈ ਕਿਉਂਕਿ ਟ੍ਰੇਨ ਚਲਦੀ ਚਲਦੀ ਹੀ ਡੱਬੇ ਰੁਕ ਜਾਂਦੇ ਨੇ, ਪਰ ਇੰਜਨ ਜੋ ਹੈ ਕਾਫੀ ਅੱਗੇ ਤੱਕ ਦੌੜਦਾ ਹੋਇਆ ਚਲਾ ਜਾਂਦਾ। ਹਾਲਾਂਕਿ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਟ੍ਰੇਨ ਦਾ ਇੰਜਨ ਹੈ ਕਾਫੀ ਅੱਗੇ ਤੋਂ ਆ ਰਿਹਾ ਅਤੇ ਪਿਛਲੇ ਪਾਸੇ ਉਸਦੇ ਡੱਬੇ ਖੜ੍ਹੇ ਨੇ ਅਤੇ ਯਾਤਰੀ ਜੋ ਨੇ ਉਹ ਨਿਕਲ ਕੇ ਬਾਹਰ ਖੜ੍ਹੇ ਨੇ। ਹਾਲਾਂਕਿ ਇੱਕ ਵੱਡਾ ਹਾਦਸਾ ਵੀ ਹੋ ਸਕਦਾ ਸੀ ਜੇਕਰ ਡੱਬੇ ਨਾ ਰੁਕਦੇ, ਕਿਉਂਕਿ ਠੀਕ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਮਾਲ ਗੱਡੀ ਜੋ ਹੈ 70 ਤੋਂ 80 ਕਿਲੋਮੀਟਰ ਤੱਕ ਕਿਹਾ ਜਾ ਰਿਹਾ ਹੈ ਕਿ ਬਿਨਾਂ ਡਰਾਈਵਰ ਤੋਂ ਹੀ ਚੱਲ ਕੇ ਆ ਜਾਂਦੀ ਹੈ ਕਿਉਂਕਿ ਕਠੂਆ ਤੋਂ ਉਹ ਰਵਾਨਾ ਹੁੰਦੀ ਹੈ ਮਾਲ ਗੱਡੀ ਅਤੇ ਆ ਕੇ ਪਠਾਨਕੋਟ ਦੇ ਵਿੱਚ ਸਿੱਧਾ ਜਾ ਕੇ ਰੁਕਦੀ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਖੰਨਾ ਦੇ ਵਿੱਚ ਇਹ ਰੇਲ ਦਾ ਇੰਜਨ ਟ੍ਰੇਨ ਦੇ ਡੱਬਿਆਂ ਨਾਲੋਂ ਵੱਖ ਹੋਇਆ, ਸੈਂਕੜੇ ਯਾਤਰੀ ਇਸ ਟ੍ਰੇਨ ਦੇ ਵਿੱਚ ਸਵਾਰ ਸੀ। ਤਾਂ ਦੱਸ ਦਈਏ ਕਿ ਅਰਚਨਾ ਐਕਸਪ੍ਰੈਸ ਜੋ ਕਿ ਪਟਨਾ ਤੋਂ ਜੰਮੂ ਦੇ ਲਈ ਰਵਾਨਾ ਹੋਈ ਸੀ ਅਤੇ ਜਿਵੇਂ ਹੀ ਸਰਹੰਦ ਦੇ ਵਿੱਚ ਇਸਦਾ ਇੰਜਨ ਖੋਲ੍ਹ ਕੇ ਅੱਗੇ ਤੋਂ ਪਿੱਛੇ ਕੀਤਾ ਜਾਂਦਾ ਤਾਂ ਖੰਨੇ ਦੇ ਵਿੱਚ ਜਾ ਕੇ ਇਸਦਾ ਇੰਜਨ ਡੱਬਿਆਂ ਦੇ ਨਾਲੋਂ ਵੱਖ ਹੋ ਜਾਂਦਾ ਅਤੇ ਉਸ ਤੋਂ ਬਾਅਦ ਦੇ ਵਿੱਚ ਯਾਤਰੀਆਂ 'ਚ ਹਾਹਾਕਾਰ ਮੱਚ ਜਾਂਦੀ ਹੈ। ਅਤੇ ਹਾਹਾਕਾਰ ਮੱਚਣ ਤੋਂ ਬਾਅਦ ਕੀ ਮੈਨ ਦੇ ਵੱਲੋਂ ਜਦੋਂ ਇਸ ਨੂੰ ਦੇਖਿਆ ਜਾਂਦਾ ਤਾਂ ਲੋਕੋ ਪਾਇਲਟ ਨੂੰ ਇਸ਼ਾਰਾ ਦਿੱਤਾ ਜਾਂਦਾ, ਉਸ ਤੋਂ ਬਾਅਦ ਦੇ ਵਿੱਚ ਇੰਜਨ ਰੁਕਦਾ ਅਤੇ ਵਾਪਸ ਆਉਂਦਾ ਅਤੇ ਟ੍ਰੇਨ ਨੂੰ ਨਾਲ ਜੋੜ ਕੇ ਆਪਣੇ ਰਵਾਨਾ ਕੀਤਾ ਜਾਂਦਾ। ਤਾਂ ਵੱਡਾ ਹਾਦਸਾ ਹੋਣ ਤੋਂ ਬਚਾ ਰਿਹਾ, ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਤਾਂ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਕੀ ਮੈਨ ਦੀ ਸਮਝਦਾਰੀ ਦੇ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਰਹਿ ਗਿਆ। ਹਾਲਾਂਕਿ ਇੰਜਨ ਖੁੱਲ੍ਹਿਆ ਕਿਵੇਂ ਹੈ ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿਉਂਕਿ ਸਰਹੰਦ ਦੇ ਵਿੱਚ ਕਿਹਾ ਜਾ ਰਿਹਾ ਕਿ ਇਸਦਾ ਇੰਜਨ ਅੱਗੇ ਤੋਂ ਪਿੱਛੇ ਖੋਲ੍ਹਿਆ ਜਾਂਦਾ। ਸ਼ੰਭੂ ਦੇ ਉੱਤੇ ਧਰਨਾ ਚੱਲ ਰਿਹਾ ਕਿਸਾਨਾਂ ਦਾ, ਜਿਸ ਦੇ ਕਾਰਨ ਅੰਬਾਲਾ ਤੋਂ ਚੰਡੀਗੜ੍ਹ ਨਿਊ ਮਰਿੰਡਾ ਹੁੰਦੀ ਹੋਈ ਸਰਹੰਦ ਟ੍ਰੇਨ ਪਹੁੰਚਦੀ ਹੈ, ਉੱਥੇ ਜਾ ਕੇ ਜੋ ਇੰਜਨ ਅੱਗੇ ਪਿੱਛੇ ਹੁੰਦਾ ਅਤੇ ਉੱਥੇ ਵੀ ਹੋ ਸਕਦਾ ਕਿਸੇ ਦੀ ਲਾਪਰਵਾਹੀ ਕੀਤੀ ਹੋਵੇ। ਤਾਂ ਇਹ ਜਾਂਚ ਦਾ ਵਿਸ਼ਾ ਹੈ, ਪਰ ਕਿਤੇ ਨਾ ਕਿਤੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਜ਼ਰੂਰ ਰਿਹਾ।